भदरोहा में बढ़ते नशे की रोकथाम के लिए पठानकोट पुलिस द्वारा रेड की गई। जानकारी देते हुए एसएचओ मंजीत कौर ने बताया कि उन्होंने बीती रात चक्की पर रेड की थी, जिस दौरान 30 बोतल शराब व एक युवक को काबू किया गया। ਕਿੰਨੀ ਸ਼ਰਾਬ ਫੜੀ ਗਈ ਮੈਮ ਜਿਹੜੇ ਕਾਰਵਾਈ ਕੀਤੀ ਕੱਲ ਤੁਸੀਂ? ਇਹ ਅਸੀਂ 30 ਬੋਟਲ ਸ਼ਰਾਬ ਫੜੀ ਹੈ 22,500 ਐਮਐਲ। ਅੱਛਾ, ਤੇ ਮੈਮ ਅੱਗੇ ਕਾਰਵਾਈ ਕੀ ਕੀਤੀ ਜਾਏਗੀ ਉਹਨਾਂ ਦੇ? ਉਹ ਜਿਹੜੀ ਇਹ ਸ਼ਰਾਬ ਫੜੀ ਹੈ ਤੇ ਆਪਾਂ FIR ਨੰਬਰ 39 ਦਰਜ ਕਰਤੀ ਹੈ ਜੀ। ਅਸ਼ੋਕ ਕੁਮਾਰ ਸੈਲੀ ਗੁੱਲੀਆਂ ਦਾ ਰਹਿਣ ਵਾਲਾ ਹੈ ਤੇ FIR ਦਰਜ ਕਰਤੀ ਹੈ, ਤੇ ਅੱਗੇ ਵੀ ਜੋ ਜਿਹੜਾ ਵੀ ਕੋਈ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰੇਗਾ ਉਹਦੇ 'ਤੇ ਅਸੀਂ ਜਿਹੜੀ ਕਾਨੂੰਨ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ ਉਹ ਕਰਾਂਗੇ। ਅੱਗੇ ਵੀ ਮੈਮ ਕੇਸ ਦਰਜ ਹੈ ਇਹਨਾਂ ਦੇ ਅਸ਼ੋਕ ਕੁਮਾਰ 'ਤੇ? ਨਹੀਂ ਜੀ, ਇਹ 'ਤੇ ਪਹਿਲਾਂ ਕੇਸ ਨਹੀਂ ਦਰਜ ਹੈਗਾ, ਇਹ ਥੱਲੇ ਚੱਕੀ ਵਾਲੀ ਸਾਈਡ 'ਤੇ ਵੇਚਦਾ ਸੀਗਾ। ਠੀਕ ਹੈ ਜੀ।